ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾ ਦਾ ਹਰਵਿੰਦਰ ਸਿੰਘ ਵੱਲੋਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਅੱਜ ਫਿਰ ਤੋਂ ਆਪਾਂ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਇੱਕ ਨਵੀਂ ਚੀਜ਼ ਤੁਹਾਨੂੰ ਦੱਸਣ ਲਈ ਜਿਹੜੀ ਕਿ ਸਾਡੇ ਰਾਣੀ ਬਾਗ ਸਤਵਾਰੀ ਵਿਖੇ ਬੜਨ ਜਾ ਰਹੀ ਹੈ ਜੀ ਹਾਂ ਦਰਸ਼ਕੋ ਮੈਂ ਗੱਲ ਕਰ ਰਿਹਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਨਾਮ ਤੋਂ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈਗਾ ਉਹਦੀ ਇਮਾਰਤ ਦਾ ਕੰਮ ਚੱਲ ਰਿਹਾ ਹੈ ਕੁਝ ਐਸੀ ਚੀਜ਼ਾਂ ਨਵੀਆਂ ਇੱਥੇ ਬਣਨ ਜਾ ਰਹੀਆਂ ਨੇ ਜਿਦੇ ਨਾਲ ਸਾਰੇ ਹੀ ਸੰਗਤਾਂ ਨੂੰ ਬੈਨੀਫਿਟ ਵੀ ਮਿਲੇਗਾ ਤੇ ਇਸ ਪੂਰੀ ਕੰਸਟ੍ਰਕਸ਼ਨ ਦਾ ਵੀ ਵੇਰਵਾ ਤੁਹਾਡੇ ਸਾਹਮਣੇ ਰੱਖਾਂਗੇ ਉੱਚੇ ਚੇਤੂਰ ਤੇ ਇੱਥੇ ਦੇ ਜਿਹੜੇ ਪ੍ਰਬੰਧਕ ਹਨ ਸਾਡੇ ਨਾਲ ਜੁੜੇ ਹਨ ਆਪਾਂ ਨਾਲ-ਨਾਲ ਤੁਹਾਨੂੰ ਕੰਸਟ੍ਰਕਸ਼ਨ ਵੀ ਦੱਸਦੇ ਜਾਵਾਂਗੇ ਤੇ ਇੱਥੇ ਕਿਹੜੀ-ਕਿਹੜੀ ਇਮਾਰਤ ਦੀ ਜਿਹੜੀ ਉਸਾਰੀ ਹੋਣੀ ਹੈ ਜਿਹੜੀ ਪੂਰਨ ਰੂਪ ਤੂ ਸੰਗਤਾਂ ਦੇ ਨਾਲ ਇਹਨਾਂ ਦੇ ਵੱਲੋਂ ਬਣਾ ਕੇ ਦਿੱਤੀ ਜਾਏਗੀ ਉਹੀ ਆਪਾਂ ਵੇਰਵਾ ਜਾਣਾਂਗੇ ਮੈਂ ਫਿਰ ਤੋਂ ਤੁਹਾਡਾ ਬਹੁਤ-ਬਹੁਤ ਤਨਵਾਦ ਕਰਦਾ ਵੀਰ ਜੀ ਜਿਹੜਾ ਕਿ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਇੱਕ ਬਾਣੀ ਚੈਨਲ ਦੇ ਸਾਰੇ ਪਰਿਵਾਰ ਦੇ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਜਿਹੜਾ ਇਹ ਗੁਰਦੁਆਰਾ ਸਾਹਿਬ ਆਪਾਂ ਦੇਖ ਰਹੇ ਹਾਂ ਪਿੱਛੇ ਕਿ ਜਿਹੜੀ ਕੰਸਟਰਕਸ਼ਨ ਪਹਿਲੇ ਦੀ ਬਣੀ ਹੋਈ ਹੈ ਹੁਣ ਫਿਰ ਤੋਂ ਰੈਨੋਵੇਟ ਕਰਕੇ ਇਮਾਰਤ ਉਸਾਰੀ ਜਾ ਰਹੀ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਐਸੀ ਚੀਜ਼ਾਂ ਰੱਖੀਆਂ ਗਈਆਂ ਨੇ ਜਿਹੜੇ ਪੂਰਨ ਰੂਪ ਤੋਂ ਸੰਗਤਾਂ ਦੇ ਲਈ ਬੈਨੀਫਿਟ ਹੋਣਗੀਆਂ ਕੰਸਟਰਕਸ਼ਨ ਦੇ ਨਾਲ-ਨਾਲ ਆਪਾਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਪੂਰਨ ਰੂਪ ਤੋਂ ਸੰਗਤਾਂ ਦੇ ਨਾਲ ਰੱਖਣਾ ਵੀ ਅਤੇ ਨਾਲ-ਨਾਲ ਆਪਾਂ ਦੱਸਦੇ ਵੀ ਜਾਵਾਂਗੇ ਜੀ ਕੀ ਕਿ ਫਤਿਹ ਜੀ ਜੋ ਗੁਰਦਾਰਾ ਸਾਹਿਬ ਆਪ ਸਾਰੇ ਦੇਖ ਰਹੇ ਹੋ ਇੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਓਪੋਜ਼ਿਟ 에어ਪੋਰਟ ਪ੍ਰਬੰਧ ਅਧੀਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਇੱਥੇ ਆਪ ਸਾਰੇ ਦੇਖ ਰਹੇ ਹੋ ਕਿ ਪਹਿਲਾਂ ਇੱਕ ਗੁਰਦਾਰਾ ਸਾਹਿਬ ਜਿੱਦੂ ਬਿਲਡਿੰਗ ਮੌਜੂਦ ਹੈ ਪਰ ਇੱਥੇ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਨਵੀਂ ਇਮਾਰਤ ਦੀ ਸਾਰੀ ਜੋ ਹੈ ਉਹ ਕੀਤੀ ਜਾ ਰਹੀ ਹੈ ਇਹ ਜੋ ਇਮਾਰਤ ਹੁਣ ਬਣਨੀ ਹੈ ਇਸ ਇਮਾਰਤ ਦੇ ਵਿੱਚ ਫਿਲਹਾਲ ਜੋ ਹੈ ਉਹ ਦਫਤਰ ਦੇ ਆਫਿਸ ਯਾਰ ਰਹਿਾਈਸ਼ੀ ਕਮਰੇ ਜਿਹੜੇ ਨੇ ਉਹ ਥੋੜੇ ਜਿਹਾ ਬਣਾਏ ਜਾਣਗੇ ਉਹਦੇ ਨਾਲ ਕੀ ਗੁਰੂ ਗ੍ਰੰਥ ਸਾਹਿਬ ਪਵਨ ਕਿਉਂਕਿ ਅਸੀਂ ਇੱਕ ਲੋੜ ਜਿਹੜੀ ਸਾਨੂੰ ਆਮ ਮਹਿਸੂਸ ਹੁੰਦੀ ਕਿ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿਰਧ ਖੋ ਜਾਂਦੇ ਨੇ ਤੇ ਆਮ ਕਰਕੇ ਸੰਗਤਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ ਪੈਂਦਾ ਹੈ ਤੇ ਜਾਂ ਫਿਰ ਪਠਾਨਕੋੜ ਤੋਂ ਜਿਹੜੀ ਗੁਰਗਨ ਸਾਹਿਬ ਮਹਾਰਾਜ ਦੇ ਜਿਹੜੀ ਸਰੂਪ ਮਿਲਦੇ ਨੇ ਉਹ ਤੋਂ ਬੜੀ ਮੁਸ਼ਕਲਤ ਮਿਹਨਤ ਜਿਹੜੀ ਹੈ ਉਹ ਸੰਗਤਾਂ ਨੂੰ ਜਾਂ ਪ੍ਰਬੰਧਕਾਂ ਨੂੰ ਕਰਨਾ ਪੈਂਦਾ ਹੈ ਉਹਦੇ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਇਸ ਇਲਾਕੇ ਦੇ ਵਿੱਚ ਜੰਮੂ ਤੇ ਕਸ਼ਮੀਰ ਦੇ ਵਿੱਚ ਅਗਰ ਕਿਸੇ ਨੂੰ ਗੁਰਗਨ ਸਾਹਿਬ ਮਹਾਰਾਜ ਦੇ ਸਰੂਪ ਚਾਹੀਦੇ ਨੇ ਤੇ ਉਹ ਜੋ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਹੀ ਉਹਨਾਂ ਨੂੰ ਉਪਲਬਧ ਕਰਵਾਇਆ ਜਾ ਸਕਦੇ ਨੇ ਤੇ ਜੋ ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਦੌੜ ਭੱਜ ਖਾ ਜਾਂ ਜੋ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਹਦੇ ਲਈ ਉਹਨਾਂ ਨੂੰ ਬਹੁਤ ਜਿਹੜੀ ਰੀਲੀਫ ਜਾਂ ਆਰਾਮ ਆਪਾਂ ਕਹਿ ਸਕਦਾ ਮਿਲ ਜਾਵੇਗਾ ਨਾਲ ਕੀ ਇੱਥੇ ਇੱਕ ਸੰਗਤਾਂ ਦੇ ਲਈ ਖਾਸ ਕਰਕੇ ਜੋ ਯਾਤਰੂ ਨੇ ਉਹਨਾਂ ਲਈ ਇੱਕ ਸਰਾਂ ਜਿਹੜੀ ਆ ਉਹਦੀ ਉਸਾਰੀ ਜਿਹੜੀ ਆ ਥੋੜੇ ਸਮੇਂ ਤੱਕ ਆਰੰਭ ਹੋਵੇਗੀ ਨਾਲ ਇੱਕ ਬਹੁਤ ਹੀ ਵਧੀਆ ਗੁਰਦੁਆਰਾ ਸਹਿਮਾ ਦੀ ਜਿਹੜੀ ਬਿਲਡਿੰਗ ਹੈ ਉਹ ਵੀ ਬਣਾਈ ਜਾਣੀ ਹੈ ਨਾਲ ਇਥੇ ਥੋੜਾ ਜਿਹਾ ਆਪਾਂ ਦੇਖ ਸਕਦੇ ਹਾਂ ਕਿ ਇੱਕ ਲਾਇਬ੍ਰੇਰੀ ਦੀ ਕਾਰਟ ਜਿਵੇਂ ਆਪਾਂ ਹਰ ਵਾਰ ਗੱਲ ਕਰਦੇ ਹਾਂ ਕਿ ਲਾਇਬ੍ਰੇਰੀ ਦੀ ਕਾਰਟ ਜਿਹੜੀ ਹੈ ਉਹ ਹਰ ਥਾਂ ਤੇ ਮਹਿਸੂਸ ਹੁੰਦੀ ਹੈ ਇੱਕ ਬਹੁਤ ਹੀ ਵੱਡੀ ਪਿਆਰੀ ਲਾਇਬ੍ਰੇਰੀ ਜੋ ਬਣਾ ਕੇ ਸੰਗਤਾਂ ਨੂੰ ਜਿਹੜੀ ਹੈ ਉਹ ਦਿੱਤੀ ਜਾਣੀ ਹੈ ਨਾਲ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਮੈਂ ਦੱਸਿਆ ਇੱਕ ਜਿਹੜਾ ਸੰਗਤਾਂ ਦੇ ਵਿਸ਼ਰਾਮ ਦੇ ਲਈ ਸਰਾਮਾਂ ਬਣਾਈਆਂ ਜਾਣੀਆਂ ਨੇ ਆਫਿਸ ਜਿਹੜਾ ਹੈ ਕਿ ਕਿ ਕਈ ਥਾਵਾਂ ਤੇ ਹੁੰਦਾ ਹੈ ਜੋ ਪ੍ਰਬੰਧ ਦੀ ਜਾਂ ਕਿਤੇ ਇੱਕ ਸਿਸਟਮ ਦੀ ਕੁਝ ਉਕਾਈ ਕਰਕੇ ਸੰਗਤਾਂ ਜਿਹੜੀਆਂ ਨੇ ਉਹ ਪ੍ਰਬੰਧਕਾਂ ਦੇ ਨਾਲ ਨਰਾਜ਼ ਹੁੰਦੀਆਂ ਨੇ ਤੇ ਫਿਰ ਉਹਨਾਂ ਦੀ ਸ਼ਿਕਾਇਤ ਕਿੱਥੇ ਕਰਨੀ ਹੈ ਜਾਂ ਕਿਵੇਂ ਉਸ ਮਸਲੇ ਨੂੰ ਹੱਲ ਕਰਨਾ ਹੈ ਉਹਦੇ ਲਈ ਸੰਗਤਾਂ ਥੋੜੀਆਂ ਪਰੇਸ਼ਾਨ ਰਹਿੰਦੀਆਂ ਨੇ ਉਹਦੇ ਲਈ ਵੀ ਇੱਥੇ ਇੱਕ ਆਫਿਸ ਜਿਹੜਾ ਹੈ ਸੰਗਤਾਂ ਦੇ ਸਹਿਯੋਗ ਲਈ ਬਣਾਇਆ ਜਾ ਰਿਹਾ ਹੈ ਤਾਂ ਕਿ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਸਿੱਧੀਆਂ ਜਿਹੜੀਆਂ ਨੇ ਉਹ ਤਰਮ ਪ੍ਰਚਾਰਕ ਕਮੇਟੀ ਤੱਕ ਜਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾਈਆਂ ਜਾ ਸਕਣ ਉਸ ਲਈ ਇਹ ਸਾਰਾ ਪ੍ਰਬੰਧ ਜੋਖਾ ਹੈ ਉਤਰਮ ਪ੍ਰਚਾਰਕ ਕਮੇਟੀ ਅਧੀਨ ਚੱਲ ਰਿਹਾ ਹੈ ਜੀ ਜਿੱਦਾਂ ਕਿ ਵੀਰ ਜੀ ਹੋਰਾਂ ਨੇ ਦੱਸਿਆ ਸਾਰਾ ਕਿ ਕੰਸਟ੍ਰਕਸ਼ਨ ਦਾ ਮੈਨੂੰ ਇੱਕ ਚੀਜ਼ ਬੇहद ਖੁਸ਼ੀ ਹੈ ਦਰਸ਼ਕਾਂ ਤੱਕ ਜਾਂ ਸੰਗਤਾਂ ਤੱਕ ਪਹੁੰਚਾਣ ਦੀ ਕਿ ਜਿਹੜਾ ਵੀਰ ਜੀ ਤੁਸੀਂ ਕਿਹਾ ਕਿ ਯਾਤਰੂ ਜਿਹੜੇ ਆਂਦੇ ਹਨ ਉਨ੍ਹਾਂ ਤੱਕ ਜਿਹੜੀ ਸਰਾਵਾਂ ਦਾ ਕੰਮ ਹੈਗਾ ਉਹ ਵੀ ਬੜਾ ਜ਼ਰੂਰੀ ਸੀ ਔਰ ਦੂਸਰਾ ਲਾਇਬ੍ਰੇਰੀ ਦਾ ਜਿਹੜਾ ਕਿ ਅੱਜ ਦੇ ਮਾਹੌਲ ਦੇ ਵਿੱਚ ਦੇਖਿਆ ਜਾਏ ਸੰਗਤਾਂ ਨੂੰ ਜਾਂ ਨੌਜਵਾਨ ਵੀਰ ਪੜਨ ਕਿਸੇ ਹੋਰ ਸਟੱਡੀਜ਼ ਲਈ ਹੁਣ ਉਹ ਇਸ ਚੀਜ਼ ਨੂੰ ਪ੍ਰੋਪਰ ਵੇ ਨਾਲ ਯੂਜ਼ ਕਰ ਸਕਣਗੇ ਹੁਣ ਆਪਾਂ ਚਲਦੇ ਚਲਦੇ ਹੀ ਤੁਹਾਨੂੰ ਸਾਰੀ ਇਮਾਰਤ ਦਾ ਵੇਰਵਾ ਦੇਣਾ ਵੀਰ ਜੀ ਹੋਰ ਦੱਸਣਗੇ ਵੀ ਕਿ ਜਿਹੜੀ ਕੰਮ ਚੱਲ ਰਿਹਾ ਇਸ ਵਕਤ ਇਮਾਰਤ ਦਾ ਉਹ ਵੀ ਤੁਹਾਡੇ ਤੱਕ ਆਪਾਂ ਰੂਬਰੂ ਕਰਾਂਗੇ ਜੀ ਆ ਵੀਰ ਪਹਿਲਾਂ ਤਾਂ ਤੁਸੀਂ ਜਿਹੜਾ ਇੱਕ ਮੇਨ ਚੀਜ਼ ਕਹੀ ਹੈ ਕਿ ਜਿੰਨੇ ਵੀ ਪ੍ਰਬੰਧਕ ਹੁੰਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਅਗਰ ਕੋਈ ਸ਼ਿਕਾਇਤ ਦਰਜ ਕਰਨਾ ਚਾਹੁੰਦੇ ਉਹਨਾਂ ਲਈ ਵੀ ਤੁਸੀਂ ਆਫਿਸ ਬਣਾਇਆ ਹੋਇਆ ਪੂਰਨ ਰੂਪ ਦੇ ਵਿੱਚ ਉਹਦੇ ਬਾਰੇ ਦੇ ਵਿੱਚ ਵੀ ਮੈਂ ਬਚਾਵਾਂਗਾ ਕਿ ਤੁਸੀਂ ਸੰਖੇਪੀ ਦੱਸੋ ਅਤੇ ਨਾਲ ਨਾਲ ਜਿਹੜੀ ਹੁਣ ਬਿਲਡਿੰਗ ਆਪਾਂ ਦਰਸ਼ਕਾਂ ਨੂੰ ਦੱਸਣੀ ਵੀ ਹੈ ਉਹਦੇ ਬਾਰੇ ਦੇ ਵਿੱਚ ਵੀ ਤੁਸੀਂ ਜੀ ਵੀ ਜਿਵੇਂ ਮੈਂ ਪੜ੍ਹਨਾ ਪਹਿਲਾਂ ਬੇਨਤੀ ਕੀਤੀ ਇਹ ਜੋ ਇਮਾਰਤ ਤੁਸੀਂ ਦੇਖ ਰਹੇ ਹੋ ਜੋ ਸਾਡੇ ਸੱਜਣ ਬਾਹਰ ਤੋਂ ਆਉਂਦੇ ਨੇ ਉਹਨਾਂ ਦੀ ਰਿਹਾਇਸ਼ ਲਈ ਵੀ ਅਸੀਂ ਇੱਥੇ ਜੋ ਕਮਰੇ ਬਣਾਉਣ ਦੇ ਨਾਲ ਹੀ ਇੱਕ ਛੋਟੀ ਜਿਹੀ ਟਾਪਾ ਟੈਂਪਰੇਰੀ ਲਾਇਬ੍ਰੇਰੀ ਕਹਿ ਲਈਏ ਫਿਲਹਾਲ ਜਦੋਂ ਤੱਕ ਆਪਾਂ ਪੂਰੀ ਬਿਲਡਿੰਗ ਨਹੀਂ ਬਣ ਜਾਂਦੀ ਮਾਰ ਉਹਦੋਂ ਤੱਕ ਅਸੀਂ ਇੱਕ ਟੈਂਪਰੇਰੀ ਛੋਟੀ ਜਿਹੀ ਲਾਇਬ੍ਰੇਰੀ ਇੱਕ ਸਾਡਾ ਆਫਿਸ ਤਾਂ ਕਿ ਸੰਗਤਾਂ ਦੇ ਸਹਿਯੋਗ ਲਈ ਜਾਂ ਕੁਝ ਸ਼ਿਕਾਇਤ ਲਈ ਇੱਥੇ ਜੋ ਹੈ ਉਹ ਬਹੁਤ ਹੀ ਜਲਦ ਤਿਆਰ ਕੀਤਾ ਜਾ ਰਿਹਾ ਜੀ ਵੀਰ ਜੀ ਹੁਣ ਦਰਸ਼ਕਾਂ ਨੂੰ ਕੀ ਅਪੀਲ ਕਰਦੇ ਹੋ ਸੰਗਤਾਂ ਨੂੰ ਕੀ ਵਾਅਦਾ ਚੜ੍ਹ ਕੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਕਿ ਯੂਜ਼ ਕਰਨ ਦਾ ਹੋ ਗਿਆ ਜਾਂ ਤਨਮਨ ਤਾਂ ਦੇ ਨਾਲ ਸੇਵਾ ਦੇ ਲਈ ਹੋ ਗਿਆ ਆਖਰੀ ਸੰਦੇਸ਼ ਕੀ ਦੇਣਾ ਚਾਹੋਗੇ ਸੰਗਤਾਂ ਨੂੰ ਵਿਜੀ ਸੰਦੇਸ਼ ਤਾਂ ਆਪਾਂ ਕੀ ਦੇ ਸਕਦੇ ਪਰ ਇੱਕ ਬੇਨਤੀ ਹੈ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਗੁਰੂ ਘਰ ਦੇ ਵਿੱਚ ਇੱਕ ਜਿਹੜੀ ਹੈ ਉਹ ਹਮੇਸ਼ਾ ਤੋਂ ਹੀ ਇੱਕ ਡਿਮਾਂਡ ਜਾਂ ਹੱਕ ਰਹੀ ਹੈ ਕਿ ਜਦੋਂ ਵੀ ਸਿੱਖ ਨੇ ਸੇਵਾ ਕਰਨੀ ਹੁੰਦੀ ਹੈ ਤੇ ਉਹ ਆਪਣਾ ਤਨ ਮਨ ਤੰਦੇ ਨਾਲ ਸੇਵਾ ਕਰਦਾ ਇਥੇ ਵੀ ਬੇਨਤੀ ਹੈ ਕਿ ਜਿੰਨਾਕ ਸਮਾਂ ਮਿਲ ਸਕੇ ਆ ਕੇ ਹੱਥੀ ਸੇਵਾ ਕਰ ਸਕਦੇ ਨੇ ਜਾਂ ਜਿਵੇਂ ਉਹਨਾਂ ਨੂੰ ਠੀਕ ਲੱਗੇ ਮਾਇਆ ਦੀ ਸੇਵਾ ਕਰ ਸਕਦੇ ਨੇ ਕਿਉਂਕਿ ਇੱਕ ਤਾਂ ਆਪਾਂ ਕਹ ਲਈਏ ਕਿ ਮੰਗਣਾ ਵੀ ਗਲਤ ਹੈ ਪਰ ਜਿਹੜੀ ਸੇਵਾਖ ਹੈ ਉਹ ਵੀ ਸਿੱਖ ਧਰਮ ਦੇ ਵਿੱਚ ਬੜੀ ਵੱਡੀ ਚੀਜ਼ ਹੈ ਸੋ ਆਪਾਂ ਜੇ ਜੀਵਨ ਸਫਲ ਕਰਨਾ ਹੈ ਤੇ ਅਸੀਂ ਵੇਖਣਾ ਹੈ ਕਿ ਕਿਵੇਂ ਸਾਨੂੰ ਠੀਕ ਲੱਗਦਾ ਹੈ ਜੇ ਹੱਥੀ ਸੇਵਾ ਕਰਨੀ ਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਬਾਬਤ ਆਪਾ ਜਾਣਦੇ ਕਿ ਜਦੋਂ ਦਰਬਾਰ ਸਾਹਿਬ ਦੀ ਸਾਰੀ ਹੋ ਰਹੀ ਸੀ ਤੇ ਉਹਨਾਂ ਨੇ ਵੀ ਆਪਣੀ ਹੱਥੀਂ ਸੇਵਾ ਕੀਤੀ ਜਾ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਆਪਾਂ ਗੱਲ ਕਰ ਲਈ ਜ ਜਦੋਂ ਅਕਾਲ ਤਖਤ ਸਾਹਿਬ ਦੀ ਸਾਰੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਵੀ ਹੱਥੀਂ ਸੇਵਾ ਕਰਦੇ ਰਹੇ ਨੇ ਸੋ ਹੱਥੀਂ ਸੇਵਾ ਕਰਨੀ ਵੀ ਬਹੁਤ ਵੱਡੀ ਬਾਤ ਹੈ ਤੋਂ ਜਿੰਨਾ ਵੀ ਵੀਰਾ ਪੈਣਾ ਮਾਈਆਂ ਬਜ਼ੁਰਗਾਂ ਨੂੰ ਸਮਾਂ ਮਿਲਦਾ ਏ ਉਹ ਹੱਥੀਂ ਸੇਵਾ ਵੀ ਕਰਨ ਜਾਂ ਤਨ ਮਨ ਤੰਦੇ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਹੁਣ ਮੈਂ ਚਾਹਵਾਂਗਾ ਕਿ ਸਾਰੇ ਜਿਹੜੇ ਵਿਜੂਅਲਸ ਨੇ ਉਹ ਵੀ ਤੁਹਾਡੇ ਤੱਕ ਲਾਈਵ ਪਹੁੰਚ ਜਾ ਸਕਾ ਔਰ ਇਥੇ ਵੀਰ ਜੀ ਹੋਰਾਂ ਨੇ ਜਿਹੜੀ ਗੱਲਾਂ ਕੀਤੀ ਹਨ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਦੀਆਂ ਅੱਜ ਦੇ ਵਕਤ ਨੂੰ ਅੱਜ ਦੇ ਵਕਤ ਦੇ ਲਿਹਾਜ ਦੇ ਹਿਸਾਬ ਨਾਲ ਅਗਰ ਦੇਖਿਆ ਜਾਏ ਤੇ ਬੇहद ਜ਼ਰੂਰੀ ਹਨ ਜਿਹੜਾ ਕਿ ਪਹਿਲਾ ਤੁਸੀਂ ਦੱਸਿਆ ਕਿ ਜੋ ਜਿਹੜੇ વૃદ્ધ ਹੋ ਜਾਂਦੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹਨਾਂ ਦੇ ਲਈ ਜਾਂ ਤੇ ਫਿਰ ਜੋ ਨੌਜਵਾਨ ਪੀੜੀ ਹੈ ਉਹਨਾਂ ਦੇ ਲਈ ਲਾਇਬ੍ਰੇਰੀ ਇਤਿਹਾਸ ਤੱਕ ਵੱਧ ਤੋਂ ਵੱਧ ਉਹਨਾਂ ਨੂੰ ਜਾਣੂ ਕਰਵਾਣਾ ਇੱਕ ਸਿਟਿੰਗ ਅਰੇਂਜਮੈਂਟ ਜੀ ਨੂੰ ਆਪਾਂ ਲਾਇਬ੍ਰੇਰੀ ਕਹਿੰਦੇ ਹਾਂ ਉਹ ਵੀ ਉਸਾਰੀ ਕਰਨੀ ਹੈ ਅਤੇ ਖਾਸ ਤੌਰ ਤੇ ਕਈ ਵਾਰੀ ਵੇਖਿਆ ਜਾਂਦਾ ਹੈ ਕਿ ਭਾਰਤ ਦੀ ਜਿਹੜੀ ਸੰਗਤ ਹੈ ਜੰਮੂ ਕਸ਼ਮੀਰ ਵਿਖੇ ਆਂਦੇ ਹਨ ਚਾਹੇ ਉਹ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਦੀ ਆਉਣ ਜਾਂ ਇਸ ਤਰ੍ਹਾਂ ਹੀ ਹੋਣ ਤੇ ਕਾਫੀ ਉਹਨਾਂ ਨੂੰ ਮੁਸ਼ਕਲਾਂ ਵੀ ਸਾਹਮਣਾ ਕਰਨਾ ਪੈਂਦਾ ਜਿੱਦਾਂ ਕਿ ਆਪਾਂ ਕਈ ਵਾਰੀ ਵੇਖਿਆ ਕਿ ਜੰਮੂ ਕਸ਼ਮੀਰ ਦੇ ਬਾਹਰੋਂ ਜਾਂ ਇੱਕ ਮੈਸੇਜ ਵੀ ਸਾਰੇ ਹੀ ਪ੍ਰਬੰਧਕਾਂ ਦੇ ਲਈ ਜਿਹੜਾ ਅੱਜ ਕੱਲ ਸਾਰੇ ਹੀ ਸੰਗਤ ਜਾਂ ਦਰਸ਼ਕਾਂ ਵੱਲ ਲੋਕਿਆ ਜਾਂਦਾ ਹੈਗਾ ਕਿ ਸਰਾਮਾ ਦੀ ਅਤੇ ਲਾਇਬ੍ਰੇਰੀ ਦੀ ਬੇਹਤ ਜ਼ਰੂਰਤ ਹੈ ਗੁਰੂ ਘਰਾਂ ਦੇ ਵਿੱਚ ਤਾਂ ਕਿ ਕੋਈ ਵੀ ਐਸਾ ਜਿਹੜਾ ਪੂਰਨ ਰੂਪ ਤੋਂ ਪਰਪੱਕ ਨਹੀਂ ਹੈ ਚਾਹੇ ਉਹ ਸਿੱਖ ਹੋਣ ਸਾਡੇ ਕਈ ਵਾਰੀ ਦੇਖਿਆ ਜਾਂਦਾ ਕਿ ਪੂਰਨ ਰੂਪ ਤੋਂ ਪਰਪੱਕ ਨਹੀਂ ਹੁੰਦੇ ਸੜਕਾਂ ਦੇ ਉੱਤੇ ਆਪਾਂ ਬਜ਼ੁਰਗ ਵੀ ਰੂਲ ਦੇ ਵੇਖੇ ਹਨ ਉਹਨਾਂ ਦੇ ਲਈ ਇੱਕ ਛੋਟਾ ਜਿਹਾ ਸਾਨੂੰ ਇਨੀਸ਼ੀਏਟਿਵ ਲੈਣਾ ਵੀਰਜੀ ਹੜਾ ਨੇ ਬਹੁਤ ਵਧੀਆ ਜਿਹੜਾ ਕਨਸੈਪਟ ਤੁਹਾਨੂੰ ਦੱਸਿਆ ਹੈ ਤੇ ਦੂਸਰਾ ਲਾਇਬ੍ਰੇਰੀ ਦਾ ਮੈਂ ਸਮਝ ਸਕਦਾ ਹਾਂ ਕਿ ਅੱਜ ਦੇ ਵਕਤ ਦੀ ਨਜ਼ਾਕਤ ਦੇ ਨਾਲ ਕਿੰਨਾ ਜ ਬੇਹਜੂਰੀ ਹੈ ਸਾਰੇ ਹੀ ਪ੍ਰਬੰਧਕਾਂ ਨੂੰ ਇਸ ਦੇ ਉੱਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਫਿਰ ਇੱਕ ਬਾਣੀ ਚੈਨਲ ਦੇ ਸਾਰੇ ਹੀ ਪਰਿਵਾਰ ਦੇ ਵੱਲੋਂ ਤੁਹਾਡਾ ਫਿਰ ਤੋਂ ਧੰਨਵਾਦ ਕਰਦਾ ਹਾਂ ਵੀਰ ਜੀ ਅਤੇ ਨਾਲ ਹੀ ਇੱਕ ਛੋਟਾ ਜਿਹਾ ਜੀਆ ਵੀਰ ਜੀ ਨੇ ਆਖਿਆ ਕਿ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਜੋ ਵੀ ਵੀਰ ਭੈਣ ਬਜ਼ੁਰਗ ਤਨਮਨ ਧੰਦੇ ਨਾਲ ਸੇਵਾ ਕਰਨਾ ਚਾਹੁੰਦਾ ਹੋ ਜਰੂਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਿਹੜਾ ਕਿ ਬਿਲਕੁਲ ਆਪੋਜ਼ਿਟ ਹੈ 에어ਪੋਰਟ ਰਾਣੀ ਬਾਗ ਵਿਖੇ ਉੱਥੇ ਆ ਕੇ ਤੁਸੀਂ ਆਪਣੀਆਂ ਹਾਜ਼ਰੀਆਂ ਲਵਾ ਸਕਦੇ ਹੋ ਇੰਨੇ ਹੀ ਅਲਫ਼ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ